ਆਏ ਤਾਂ ਤੁਸੀਂ ਪਾਣੀ ਵਗਦਾ ਦੇਖਦੇ ਹੋ, ਪਾਣੀ ਚੱਲਦਾ ਦੇਖਦੇ ਆ, ਖਾਲ ਭਰਿਆ। ਤੇ ਇੱਕ ਭਲੇ ਪੁਰਸ਼ ਦੀ ਬਦੌਲਤ ਆ ਕਿ ਜਦੋਂ ਅਸੀਂ ਉਹਨੂੰ ਕਿਹਾ ਬਾਈ ਰਜਿੰਦਰ ਆਸਟੈਲਕੋ ਦੇ ਮਾਲਕ ਨੇ ਰਾਮਪੁਰੇ ਤੋਂ, ਅਸੀਂ ਉਹਨਾਂ ਨੂੰ ਕਿਹਾ ਸੀ, ਆਖਿਆ ਬਾਈ ਯੂਨੀਵਰਸਿਟੀ ਕੈਂਪਸ ਦੇ ਵਿੱਚ ਹਜ਼ਾਰਾਂ ਦਰਖਤ ਲੱਗੇ ਹੋਏ ਨੇ, ਪਰ ਉੱਥੇ ਬਾਈ ਪਿਛਲੇ 5 ਸਾਲਾਂ ਤੋਂ ਬੋਰ ਖੜਾ, ਬਾਈ ਮੋਟਰ ਖੜੀ ਆ, ਬੋਰ ਖੜਾ। ਤੇ ਬਾਈ ਨੇ ਇੱਕ ਨਹੀਂ ਪੁੱਛਿਆ, ਦੋ ਨਹੀਂ ਪੁੱਛਿਆ, ਪਹਿਲਾਂ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਵੀਸੀ ਸਾਹਿਬ ਨੂੰ ਪੁੱਛਿਆ ਕਿ ਵੀ ਸਾਹਿਬ ਇੱਥੇ ਬੋਰ ਖੜੇ ਨੂੰ 5 ਸਾਲ ਹੋ ਗਏ, ਸਾਰੇ ਰੁੱਖ ਇੱਥੇ ਹਜ਼ਾਰਾਂ ਰੁੱਖ 30-35 ਕਿੱਲਿਆਂ ਦੇ ਵਿੱਚ ਕੈਂਪਸ ਹੈ, ਹਜ਼ਾਰਾਂ ਰੁੱਖ ਇੱਥੇ ਲੱਗਿਆ ਹੋਇਆ, ਤੇ ਰੁੱਖ ਸਾਰਾ ਸੁੱਕ ਗਿਆ ਕਿਉਂਕਿ ਪਾਣੀ ਨਹੀਂ ਲੱਗਿਆ, ਕਈ ਸਾਲ ਹੋ ਗਏ ਤੇ ਮੀਂਹ ਤੁਹਾਨੂੰ ਪਤਾ ਪੈ ਹੀ ਨਹੀਂ ਰਿਹਾ। ਤਾਂ ਵੀ ਸਾਹਿਬ ਕਹਿੰਦੇ ਵੀ ਸਾਡੀ ਮਜਬੂਰੀ ਹੈ, ਵੀ ਯੂਨੀਵਰਸਿਟੀ ਕੋਲੇ ਇੰਨੇ ਪੈਸੇ ਹੈ ਨਹੀਂ। ਅਸੀਂ ਵੀ ਉਹਨਾਂ ਦੀ ਮਜਬੂਰੀ ਸਮਝਦੇ ਹਾਂ, ਹਾਲਾਤ ਸਮਝਦੇ ਹਾਂ ਕਿ ਯੂਨੀਵਰਸਿਟੀਆਂ ਕੋਲੇ ਪੈਸੇ ਨਹੀਂ ਹੈਗੇ, ਕਰੋੜਾਂ ਰੁਪਈਆਂ ਦੇ ਘਾਟਿਆਂ ਯੂਨੀਵਰਸਿਟੀਆਂ ਚੱਲ ਰਹੀਆਂ ਨੇ। ਤਾਂ ਅਸੀਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸਿੱਖਿਆ ਨੂੰ ਪਹਿਲ ਦੀ ਗੱਲ ਕੀਤੀ ਆ ਕਿ ਸਿੱਖਿਆ ਨੂੰ ਉੱਪਰ ਚੱਕਣਾ, ਤਾਂ ਜੇ ਸਿੱਖਿਆ ਨੂੰ ਉੱਪਰ ਚੱਕਣਾ ਯੂਨੀਵਰਸਿਟੀਆਂ ਨੂੰ ਘਾਟੇ 'ਚ ਲਿਜਾ ਕੇ, ਯੂਨੀਵਰਸਿਟੀਆਂ ਕੋਲੇ ਹੋਸਟਲਾਂ ਨੂੰ ਪੈਸੇ ਨਹੀਂ ਹੈਗੇ, ਚੋਈ ਜਾਂਦੇ ਆ, ਕੋਈ ਸਪੋਰਟਸ ਕੋਈ ਕਲਚਰ ਐਕਟੀਵਿਟੀ ਬੰਦ ਹੋਈ ਪਈ ਆ, ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੋਗੇ ਹੈਗੇ। ਤੇ ਉਹ ਯੂਨੀਵਰਸਿਟੀਆਂ ਕੋਲੇ ਗਾਹਾਂ ਤੋਂ ਅਸੀਂ ਫਰਿਆਦ ਕਰਦੇ ਹਾਂ ਵੀ ਸਾਡੇ ਜਿਹੜੇ ਕੋਈ ਵੱਖ-ਵੱਖ ਯੂਨੀਵਰਸਿਟੀ ਅਧੀਨ ਆਉਂਦੇ ਕੋਈ ਕਾਲਜ ਕੈਂਪਸ ਹੈਗੇ ਆ, ਉਹਨਾਂ ਦੇ ਹਾਲਾਤ ਇਹੋ ਜਿਹੇ ਮਾੜੇ ਹੋਏ ਪਏ ਆ, ਕਿਤੇ ਪੀਣ ਵਾਲਾ ਪਾਣੀ ਹੈ ਨਹੀਂ, ਕਿਤੇ ਜਨਰੇਟਰ ਹੈ ਨਹੀਂ, ਕਿਤੇ ਮੋਟਰ ਹੈ ਨਹੀਂ। ਤਾਂ ਉਦੋਂ ਫਿਰ ਕਹਿੰਦਾ ਸਾਡੀ ਮਜਬੂਰੀ ਆ, ਸਾਡੇ ਕੋਲੇ ਪੈਸੇ ਹੈ ਨਹੀਂ। ਸੋ ਮਾਨ ਸਾਹਿਬ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਇੱਕ ਤਾਂ ਕਿ ਜਿਹੜਾ ਪੈਸਾ ਤੁਸੀਂ ਐਡਾਂ ਤੇ ਖਰਚ ਰਹੇ ਹੋ, ਫਾਲਤੂ ਕੰਮਾਂ ਤੇ ਖਰਚ ਰਹੇ ਹੋ, 700-800 ਕਰੋੜ ਰੁਪਇਆ ਤੁਸੀਂ ਬਜਟ ਦੇ ਵਿੱਚ ਰੱਖ ਲਿਆ, ਕੱਲੀ ਮਸ਼ਹੂਰੀ ਦੀ ਖਾਤਰ, ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ ਦੀ ਖਾਤਰ, ਚੈਨਲਾਂ ਨੂੰ ਇਸ਼ਤਿਹਾਰ ਦੇਣ ਦੀ ਖਾਤਰ, ਗੁਜਰਾਤ, ਹਿਮਾਚਲ, ਦਿੱਲੀ ਦੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ ਦੀ ਖਾਤਰ ਪੰਜਾਬ ਸਰਕਾਰ ਫਾਲਤੂ ਪੈਸੇ ਖਰਚ ਕਰ ਰਹੀ ਹੈ। ਸਾਡੀ ਪੰਜਾਬੀ ਯੂਨੀਵਰਸਿਟੀ 350 ਕਰੋੜ ਦੇ ਘਾਟੇ 'ਚ ਹੈ। ਉਹੀ ਪੈਸਾ ਤੁਸੀਂ ਯੂਨੀਵਰਸਿਟੀ ਨੂੰ ਦਿੱਤਾ ਹੁੰਦਾ, ਤੁਹਾਡੇ ਵਾਰੇ ਨਾਅਰੇ ਹੋ ਜਾਣੇ ਸੀ, ਉੱਥੇ ਤੁਹਾਡੀ ਗੱਲ ਚੱਲਣੀ ਸੀ ਵੀ ਦੇਖੋ ਪਿਛਲੀ ਬਾਦਲ ਸਰਕਾਰ ਤੋਂ ਲੈ ਕੇ ਫਿਰ ਕਾਂਗਰਸ ਸਰਕਾਰ ਰਹੀ, ਇਹਨਾਂ ਸਰਕਾਰਾਂ ਨੇ ਯੂਨੀਵਰਸਿਟੀ ਦਾ ਭੱਠਾ ਬਹਾਇਆ, ਇੱਕ ਪੈਸਾ ਨਹੀਂ ਦਿੱਤਾ। ਤੇ ਆਹ ਸਰਕਾਰ ਨੇ ਆਉਣ ਸਾਰ ਜਿਹੜਾ 700-800 ਕਰੋੜ ਰੁਪਇਆ ਯੂਨੀਵਰਸਿਟੀ ਨੂੰ ਦੇਤਾ ਤੇ ਯੂਨੀਵਰਸਿਟੀ ਜਿਹੜੀ ਪੈਰਾਂ ਤੇ ਆ ਗਈ। ਉੱਥੋਂ ਤੁਹਾਡੀ ਲੋੜ ਹੀ ਨਹੀਂ ਸੀਗੀ ਅਖਬਾਰਾਂ 'ਚ ਤੁਹਾਨੂੰ ਮਸ਼ਹੂਰੀਆਂ ਦੇਣ ਦੀ, ਆਪਣੇ ਕੰਮ ਦੱਸਣ ਦੀ, ਇਸ਼ਤਿਹਾਰ ਦੇ ਕੇ ਚੈਨਲਾਂ ਦੇ ਉੱਤੇ ਕਿ ਅਸੀਂ ਆਹ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ। ਇਹੀ ਕੰਮ ਤੁਹਾਡੇ ਕੀਤੇ ਹੋਏ ਬੋਲਣੇ ਸੀ ਤੇ ਇਹੀ ਕੰਮਾਂ ਨੂੰ ਤੁਹਾਡੀਆਂ ਸਲਾਮਾਂ ਹੋਣੀਆਂ ਸੀ। ਤੇ ਨਾਲੇ ਪੰਜਾਬ ਦੀ ਜਿਹੜੀ ਸਿੱਖਿਆ ਨੂੰ ਤੁਸੀਂ ਉੱਪਰ ਚੱਕਣ ਦੀ ਗੱਲ ਕਰਦੇ ਆ, ਉਹਨੇ ਉੱਪਰ ਉੱਠਣਾ ਸੀ। ਪਰ ਚਲੋ ਇਹ ਤਾਂ ਗੱਲ ਸੀ ਕਿ ਸਰਕਾਰ ਨਾਲ। ਦੂਜੀ ਗੱਲ, ਅਸੀਂ ਸਪੈਸ਼ਲ ਆ ਬਾਈ ਬੋਰ, ਬਾਈ ਨੇ 500 ਫੁੱਟ ਬਾਈ ਬੋਰ ਕਰਾਇਆ। ਕਿੰਨਾ ਖਰਚਾ ਹੈ ਬਾਈ? ਬੋਰ ਕਰਾਇਆ ਬਾਈ, 20 ਦੀ ਮੋਟਰ ਪਾਈ ਹੈ, ਲਾਪ, ਮੋਟਰ, ਸਟਾਰਟਰ, ਤਾਰ, ਜੋ ਖਰਚਾ ਹੋਇਆ ਵਿੱਚੇ, ਜੋ ਮਿਹਨਤ ਦਾ ਖਰਚਾ ਹੋਇਆ ਲਾਉਣ ਵਾਲੇ ਨੇ ਲਿਆ, ਲਾ ਕੇ ਬਾਈ ਤਕਰੀਬਨ ਕਿੰਨੇ ਪੈਸੇ ਖਰਚਾ ਗਏ? ਤਕਰੀਬਨ 3.5 ਲੱਖ ਤੋਂ 3 ਰੁਪਇਆ ਲੱਗ ਗਿਆ, 4 ਲੱਖ 3.5 ਲੱਖ 4 ਲੱਖ ਦੇ ਨੇੜੇ ਰੁਪਇਆ ਬਾਈ ਖਰਚਾ ਆ ਗਿਆ। ਤੇ ਅਸੀਂ ਧੰਨਵਾਦ ਕਰਦੇ ਹਾਂ ਬਾਈ ਫੇਰ ਰਜਿੰਦਰ ਸਟੈਲਕੋ ਵਾਲੇ ਦਾ ਕਿ ਉਸ ਬਾਈ ਨੇ ਸਾਡੀ ਮੈਂ ਇੱਕੋ ਹੀ ਫੋਨ ਕੀਤਾ, ਮਹਾ ਬਾਈ ਕਾਲਜ ਦੇ ਵਿੱਚ ਬੂਟੇ ਮੱਚ ਚੱਲੇ ਯਾਰ, ਸੈਂਕੜੇ ਹਜ਼ਾਰਾਂ ਬੂਟੇ ਖੜੇ ਆ ਤੇ ਬਾਈ ਯੂਨੀਵਰਸਿਟੀ ਕੋਲ ਤਾਂ ਹਾਲਾਤ ਨੇ। ਉਹ ਕਹਿੰਦਾ ਬਾਈ ਗੱਲ ਹੀ ਕੋਈ ਨਹੀਂ, ਤੂੰ ਬੋਰ ਵਾਲਾ ਭਾਲ ਤੇ ਸਮਝ ਲੈ, ਮੈਥੋਂ ਮੇਰਾ 5 ਲੱਗੇ, ਮੇਰਾ 50 ਲੱਗੇ, ਮੈਂ ਲਾਉਂਗਾ। ਇਹੋ ਜਿਹੇ ਬੰਦੇ ਵੀ ਬੈਠੇ ਨੇ ਕਿ ਇਲਾਕੇ ਦੇ ਬੰਦੇ ਨੇ ਉਹ, ਜਿਹੜੇ ਇਲਾਕੇ ਨੂੰ, ਇਲਾਕੇ ਦੀ ਸੰਸਥਾ ਨੂੰ ਸਹਿਯੋਗ ਕਰ ਰਹੇ ਆ। ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ ਇੱਥੇ, ਜੇ ਅਸੀਂ ਫਾਲਤੂ ਕੰਮਾਂ ਦੇ ਉੱਤੇ, ਵਾਧੂ ਕੰਮਾਂ ਦੇ ਉੱਤੇ, ਜਾਂ ਜਿੱਥੇ ਲੋੜ ਹੀ ਨਹੀਂ ਹੁੰਦੀ ਉੱਥੇ ਅਸੀਂ ਬਹੁਤ ਹਜ਼ਾਰਾਂ ਲੱਖਾਂ ਰੁਪਇਆ ਅਸੀਂ ਬਰਬਾਦ ਕਰ ਦਿੰਦੇ ਹਾਂ। ਪਰ ਜਿੱਥੇ ਲੋੜ ਆ ਬਾਈ, ਇਹ ਪੈਸੇ ਉੱਥੇ ਖਰਚੋ। ਮੈਂ ਜਿੰਨੇ ਕੋਈ ਦਾਨੀ ਸੱਜਣਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ, ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕੋਈ ਛੋਟੇ ਨੇੜੇ ਕੋਈ ਕਾਲਜ ਆ, ਕੋਈ ਸਕੂਲ ਆ, ਕੋਈ ਸੰਸਥਾ ਜਿੱਥੇ ਪਾਣੀ ਦੀ ਲੋੜ ਆ, ਬੋਰ ਦੀ ਲੋੜ ਆ, ਮੋਟਰ ਦੀ ਲੋੜ ਆ, ਕਿਸੇ ਹੋਰ ਚੀਜ਼ ਦੀ ਲੋੜ ਆ, ਜਨਰੇਟਰ ਦੀ ਲੋੜ ਆ, ਉਹੇ ਥਾਵਾਂ ਤੇ ਵੱਧ ਤੋਂ ਵੱਧ ਵੀ ਇਹੋ ਜਿਹੀਆਂ ਚੀਜ਼ਾਂ ਦਿਆ ਕਰੋ ਤਾਂ ਕਿ ਸਾਨੂੰ ਫਾਇਦਾ ਹੋ ਸਕੇ, ਸਾਡੀਆਂ ਆਉਣ ਵਾਲੀਆਂ ਨਸਲਾਂ, ਪੀੜ੍ਹੀਆਂ, ਭਵਿੱਖ ਨੂੰ ਸਾਡਾ ਉਹਦਾ ਫਾਇਦਾ ਹੋ ਸਕੇ। ਇਹ ਤੁਹਾਨੂੰ ਬੇਨਤੀ ਕਰਦਾ। ਤੇ ਇੱਕ ਮੈਂ ਬੇਨਤੀ ਇੱਥੇ ਹੋਰ ਕਰਦਾ, ਜਿਹੜੇ ਮੇਰੇ NRI ਬਾਹਰਲੇ ਮੁਲਕਾਂ 'ਚ ਬੈਠੇ ਭਰਾ, ਉਹਨਾਂ ਨੂੰ ਅਪੀਲ ਕਰਦਾ ਕਿ ਬਾਈ ਮੂਹਰੇ ਸਾਉਣ ਭਾਦੋਂ ਦਾ ਮਹੀਨਾ ਆਉਂਦਾ, ਤੁਹਾਨੂੰ ਅਪੀਲ ਹੈ ਕੋਈ ਕਨਾਲ, 2 ਕਨਾਲ, ਅੱਧਾ ਕਿੱਲਾ, ਕਿੱਲਾ, ਜਿੰਨਾ ਵੀ ਛੱਡ ਸਕਦੇ ਆ ਵੱਧ ਤੋਂ ਵੱਧ ਰੁੱਖ ਲਾਉਣ ਨੂੰ ਛੱਡੋ। ਤੇ ਆਪਣੇ ਪਿੰਡ ਦੇ ਵਿੱਚ ਤੁਸੀਂ ਨਿਗਾਹ ਮਾਰੋ अपने पिंड दे विच किसे मोहतबर बंदे नूं पुछो भी अपने पिंड कोई पानी दी किल्लत तां नहीं हैगी, कोई मोटर बोर दी लोड़ तां नहीं हैगी, कोई बूटे तां नहीं मच्ची जांदे सांझी थां ते भी पानी ना होवे। जां जिथे हुण मैं देखिया आ कालेज दे विच इहदा कालेज बंद ही हो गया, सीनियर कालेज पहला आर्ट्स कालेज चलदा, ਉਹਦੇ ਵਿੱਚ 10 ਦਿਨ ਪਹਿਲਾਂ ਵਿਦਿਆਰਥੀਆਂ ਨੇ ਧਰਨਾ ਮਾਰਿਆ, ਮੁਜ਼ਾਹਰਾ ਕੀਤਾ। ਕਿਉਂ ਕੀਤਾ? ਪੀਣ ਵਾਲਾ ਪਾਣੀ ਨਹੀਂ ਹੈਗਾ, ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਕਿੱਲਤ ਆ। ਤਾਂ ਇਹੋ ਜਿਹੀਆਂ ਥਾਵਾਂ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਦਾਨੀ ਸਾਡੇ ਸੱਜਣ ਭਰਾ ਨੇ ਵੀ ਇਹੋ ਜਿਹੇ ਥਾਵਾਂ ਦੇ ਉੱਤੇ ਬਈ ਪੈਸਾ ਦਿਆ ਕਰੋ, ਕਿਉਂਕਿ ਉਹ ਤੁਹਾਡੇ ਅਰਥ ਵੀ ਆਉਂਦਾ, ਕਿਸੇ ਉਹ ਕਿਸੇ ਦੇ ਕੰਮ ਵੀ ਆਉਂਦਾ। ਕਈ ਵਾਰੀ ਆਪਾਂ ਕੱਲਾ ਨਾਂ ਲਿਖਾਉਣ ਦੇ ਚੱਕਰ ਦੇ ਵਿੱਚ ਹੀ ਵੱਡੇ ਵੱਡੇ ਕੰਮ ਕਰ ਦਿੰਦੇ ਆ, पर उसका कोई फायदा नहीं होंगे, पैसे आप बहुत ला देंगे। आ खाल तुसीं पानी वगदा देखते हो ते आह बेचारे रुख ने जिहड़े सुक चुके ने, देख लो क्या साल हो गए मोटर बंद हुई नहीं, 5 साल हो गए, बोर ही खड़ा सीगा। यह कैंपस सीगा इंजीनियर कॉलेज रामपुरा फूल का, वो कैंपस असीं खड़े हाँ, उत्थों की गल असीं करते हैं कि ये सारे इत्थे हज़ारां रुख लग्या होया, हज़ारां रुख लग्या। इस हज़ारां रुख नूं पानी देण नूं जिहड़ा इत्थे पानी सी, पानी दा प्रबंध ही नहीं होया। असीं वाइस चांसलर नूं बेनती कीती कि जी मोटर खड़ी आ, बोर खड़ा कीता जावे, कोई हल इहदा। तां वीसी साहब कहिंदे भी यूनिवर्सिटी कोल पैसे है नहीं। असीं भी समझदे हां हालात वीर साहब दे के यूनिवर्सिटी को पैसे है नहीं। असी इस गल तो सरकार नूं भी कहना चाहुंदे आ कि यूनिवर्सिटी नूं पैसा वध तों वध दित्ता जावे। सिक्ख्या जिवें सरकार कहंदी है कि साडे पहल दे आधार ते सिक्ख्या नूं उच्चा चुकना, साडा पहला मुद्दा सिक्ख्या है, तां फिर जे सिक्ख्या नूं उच्चा चुकना साडीआं यूनिवर्सिटीआं नूं बचाया जावे। यूनिवर्सिटीआं तां बचणगीआं जे उहनूं पैसा देवोंगे, नहीं तां फिर तुहानूं दिखदा ही हालात यूनिवर्सिटी दे किवें 250-300 ਕਰੋੜ ਦੇ ਘਾਟੇ 'ਚ ਹੋਣ ਕਰਕੇ यूनिवर्सिटी सारे काम कार यूनिवर्सिटी ठप्प पे है, चाहे वह कल्चर एक्टिविटी है, चाहे स्पोर्ट्स एक्टिविटी है। होस्टलों का उत्थे बुरा हाल आ, डिग्गी जाते हैं, रंग कराने को पैसे है नहीं, उत्थे इहो जिहे हालात होए पे आ। तो इस करके असीं सरकार नूं इह गल कहना चाहुंदे आ कि सरकार इस गल वल भी तरजीह देवे, जिहड़ा होर आसे पासे फालतू कामां ते पैसा खर्च किया जा रहा उहनूं बंद करके जे सिक्ख्या नूं उपर चकना उही पैसा इधर यूनिवर्सिटियां नूं, कालजां नूं जां इहो जिहे कामां नूं दित्ता जावे। धन्नवाद बाई रजिंदर दे चलक वाले दे, जिन्हें आ दुबारा 5 सालां बाद देख लो अज 10 दिन होए आ बोर कीते नूं, पानी लगन लगे नूं, ते 10 दिनां दे विच जिहड़े 5 साल दे प्यासे रुख सीगे कई सुक गए सी, मच गए सीगे, दुबारे टैकण लग गए, दुबारे रौनक आ गई इन्हां दे उत्ते। धन्यवाद।